السلام علیکم دوستو ਤੁਸੀਂ ਵੇਖਦੇ ਪਿਓ ਪੰਜਾਬ ਗੈਸ ਤੇ ਮੈਂ ਤੁਹਾਡਾ ਮੇਸबान محمد ندیم ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕਿ ਅੱਛੇ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਤਰ੍ਹਾਂ ਵੀਰਾਂ ਨੂੰ ਮਿਲਦਾ ਰਹੇ ਵੀਰ ਵੇਖਦੇ ਰਹਿਣ ਕੋਸ਼ਿਸ਼ ਤੇ ਕਾਵਿਸ਼ ਹਮੇਸ਼ਾ ਪਾਕਿਸਤਾਨ ਨੂੰ ਨੀਟ ਐਂਡ ਕਲੀਨ ਸਾਫ ਸ਼ਾਅਰ ਸ਼ਫਾਫ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਹੈ ਪੰਜਾਬ ਗੈਸ ਦੀ ਅਲਹਮਦੁਲਿਲਾ ਗੋਬਰ ਤੋਂ ਜਾਨ ਛੁਡਾਓ ਤੇ ਘਰ ਵਿੱਚ ਸਾਫ ਸੁਥਰੀ ਤੇ ਬਿਹਤਰੀਨ ਗੈਸ ਪਾਓ ਇਹ ਇਨਸ਼ਾਅੱਲਾ ਇੱਕ ਵਿਜ਼ਨ ਹੈ ਔਰ ਪਾਕਿਸਤਾਨ ਲੈਵਲ ਤੇ ਅਲਹਮਦੁਲਿਲਾ ਵਾਹਦ ਪਾਕਿਸਤਾਨੀ ਪਹਿਲਾ ਚੈਨਲ ਹੈ ਪੰਜਾਬ ਆਗਿਆ ਜਿਹਨੂੰ ਦੁਨੀਆ ਦੇ ਵਿੱਚ ਪਾਕਿਸਤਾਨ ਲੈਵਲ ਤੇ ਨਹੀਂ ਦੁਨੀਆ ਦੇ ਵਿੱਚ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਬਾਗ ਐਸੇ ਕੁਝ ਐਸੇ ਪਲਾਂਟਸ ਜਿਹੜੇ ਨੇ ਉਹ ਅਸੀਂ ਲਗਾਏ ਔਰ ਅਲਹਮਦੁਲਿਲਾ ਅੱਲਾ ਦਾ ਫਜ਼ਲ ਹੈ ਕਿ ਬੜਾ ਅੱਛਾ ਫੀਡਬੈਕ ਮਿਲਿਆ ਅੱਜ ਅੱਜ ਦਾ ਰਿਵਿਊ ਕਰਨੇ ਜਾ ਰਹੇ ਹਾਂ ਮੈਂ ਇਹ ਜਨਾਬ 50 ਮਕਾ ਮੀਟਰ ਦਾ ਪਲਾਂਟ ਲਗਾਇਆ ਜਨਾਬ ਆਇ ਤੁ तकरीबन 15 ਦਿਨ 25 ਦਿਨ ਪਹਿਲੇ ਦੀ ਕੰਸਟਰਕਸ਼ਨ ਸ਼ੁਰੂ ਹੋਈ ਹੈ ਔਰ ਜਨਾਬ ਹੈ 2022 ਦੋ ਦੋ ਦੇ ਵਿੱਚ तकरीबन ਵੀ 25 ਦਿ ਔਰ ਇਹ ਮੇਰੇ ਕੈਮਰੇ ਦੀ ਨਿਗਾਹ ਦੇ ਵਿੱਚ ਪੂਰੀ ਹਰ ਚੀਜ਼ ਤਸਲੀ ਦਿਖਾਈ ਜਾਂਦੀ ਹੈ ਇਹ ਇਨਪੁਟ ਹੈ ਜੀ ਦਾ ਇਨਪੁਟ ਬਿਲਕੁਲ ਸਾਹਮਣੇ ਅਲ ਹਮਦੁਲਿਲਾ ਇਹ ਹੁਣ ਬਣਿਆ ਜੀ ਇਹ ਜਨਾਬ ਅੱਲਾ ਦੇ ਫਜ਼ਲ ਉਕਰਮ ਦੇ ਨਾਲ ਇਹ ਜਨਾਬ ਸਾਡੀ ਟੀਮ ਨੇ ਸਾਡੀ ਕੰਪਨੀ ਨੇ ਅਲ ਹਮਦੁਲਿਲਾ ਇਹਨੂੰ ਜਨਾਬ ਸਰ ਅੰਜਾਮ ਦਿੱਤਾ ਹੈ ਪੰਜਾਬ ਬਾਇਓ ਗੈਸ ਦਾ ਇਹ ਬਿਹਤਰੀਨ ਪਲਾਂਟਾਂ ਵਿੱਚੋਂ ਇੱਕ شمار ਹੈ ਜੀ ਅਲ ਹਮਦੁਲਿਲਾ ਕਿਉਂਕਿ ਸਰਵਸ ਅੱਛੀ ਹੈ ਕੁਆਲਟੀ ਅੱਛੀ ਹੈ ਹਰ ਚੀਜ਼ ਆ ਲਾਈਫ ਟਾਈਮ ਗਾਰੰਟੀ ਦੇ ਨਾਲ ਪੂਰੀ ਇਹ ਤਕਰੀਬਨ ਅਸੀਂ ਇਸ ਵਕਤ ਖੜੇ ਆ ਜਨਾਬ ਜ਼ਿਲ੍ਹਾ ਦਿਪਾਲਪੁਰ ਦੇ ਵਿੱਚ ਔਰ ਇਹਦੀ ਲੋਕੇਸ਼ਨ ਜ਼ਿਲ੍ਹਾ ਦਿਪਾਲਪੁਰ ਹੈ ਔਰ ਇਹਦੇ ਓਨਰ ਵੀ ਉਹਨਾਂ ਦਾ ਨਾਮ ਵੀ ਮੈਂ ਅਤਿਫ ਸਾਹਿਬ ਨੂੰ ਪੁੱਛ ਕੇ ਦੱਸਣਾ ਕੀ ਨਾ ਜੀ ਅਸलम ਅਸलम ਪਟਵਾਰੀ ਅਸलम ਪਟਵਾਰੀ ਸਾਹਿਬ ਨੇ ਜੀ ਉਹਨਾਂ ਦਾ ਇਹ ਪਲਾਂਟ ਹੈ ਔਰ ਇਹ ਜਿਹਦੇ ਉੱਪਰ ਮੈਂ ਖੜਾ ਇਹ ਜਨਾਬ ਡਾਇਆ ਗ੍ਰਾਮ ਕਹਿ ਸਕਦੇ ਹੋ ਇਨ ਹਾਲ ਕਹੈ ਸੋ ਜਿਹਦੇ ਵਿੱਚ ਗੋਬਰ ਆਂਦਾ ਹੈ ਔਰ ਉਹਦਾ ਇਹ ਸਭ ਤੋਂ ਮੇਨ ਜਿਹੜਾ ਦਰਮਿਆਨ ਵਾਲਾ ਹਿੱਸਾ ਜਿੱਥੋਂ ਗੈਸ ਫਲੋ ਕਰਦੀ ਹੈ ਔਰ ਦੇ ਵਿੱਚ ਵਾਇਰਿੰਗ ਹੋ ਕੇ ਤਕਰੀਬਨ 800 ਤਕਰੀਬਨ 800 900 ਜਿਹੜਾ ਜੀ ਹੈ ਜੀ ਮੀਟਰ ਉਹ جناب ਬਹੁਤ ਬਿਲਕੁਲ ਸਾਹਮਣੇ 800 800 ਫੁੱਟ ਜਾਂ 900 ਫੁੱਟ ਸੌਰੀ ਇਹ جناب ਹੋਣਾ ਹੈ ਔਰ جناب ਬਹੁਤ ਸਾਹਮਣੇ ਕੋਠੀ ਨਜ਼ਰ ਆਂਦੀ ਪਈ ਹੈ ਇਹ جناب ਉੱਥੇ ਬਿਲਕੁਲ ਇਹਦਾ ਨਿਜ਼ਾਮ ਜਾ ਰਿਹਾ ਹੈ ਆਉਟਪੁੱਟ ਤੇ ਚੱਲਦੇ ਹਾਂ ਜੀ ਇਹ جناب ਆਉਟਪੁੱਟ ਹੈ ਜਿੰਨੂੰ ਅਸੀਂ ਬਾਹਰ ਜਿੱਥੇ ਗੋਬਰ ਨਿਕਲਦਾ ਹੈ ਉਹ ਹੈ ਹਿੱਸਾ ਜੀ ਔਰ ਤੁਹਾਡੇ ਸਾਹਮਣੇ ਮਾਸ਼ਾਅੱਲਾ ਪੂਰੇ ਬੱਬਲੇ ਮਾਰੀ ਖੜਾ ਹੈ ਇਹ ਗੋਬਰ ਇੱਥੋਂ جناب ਟਰਾਂਸਫਰ ਹੋ ਰਹੀ ਹੈ ਗੈਸ ਅਗੇ ਸਕੇ ਸਟਾਰਟ ਅੱਜ ਹੀ ਕੀਤਾ ਅਜ ਗੈਸ ਤੇ ਕੀਤੀ ਹੈ ਗੈਸ ਅਲਹਮਦੁਲਿਲਾ ਗੋਬਰ ਦੀ ਅੱਜ ਦੀ ਜਿਹੜੀ ਇਨਪੁਟ ਸੀ ਇਹਦੀ ਫਰਸਟ ਫੀਡਿੰਗ ਹੋਈ ਹੈ ਪਹਿਲੀ ਵਾਰੀ ਗੋਬਰ ਪਾਇਆ ਹੈ ਕੁਝ ਦੋਸਤਾਂ ਨੂੰ ਲਫ਼ਜ਼ਾਂ ਦੇ ਵਿੱਚ ਮਸਲਾ ਮਸਾਇਲ ਹੁੰਦੇ ਨੇ ਕਿ ਨਦੀਮ ਭਾਈ ਸਾਨੂੰ ਸਮਝ ਨਹੀਂ ਆਉਂਦੀ ਤੁਹਾਡੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪੰਜਾਬੀ ਵਿੱਚ ਸਾਦਾ ਲਫ਼ਜ਼ਾਂ ਵਿੱਚ ਤੇ ਬਿਹਤਰੀਨ ਤਰੀਕੇ ਨਾਲ ਤੁਹਾਨੂੰ ਹਰ ਚੀਜ਼ ਸਮਝਾਵਾਂ ਇਹ ਜਨਾਬ ਇਹਦਾ ਡਾਇਆ ਜਿਹਦੇ ਉੱਪਰ ਅਸੀਂ ਖੜੇ ਹਾਂ ਸਾਹਮਣੇ ਦਾ ਆਉਟਪੁਟ ਇਹੋਦੀ ਉਸ ਤੋਂ ਬਾਅਦ ਇਹਦਾ ਡ੍ਰੇਨ ਸਿਸਟਮ ਅੱਗੇ ਖਾਲੇ ਵਿੱਚ ਔਰ ਖਾਲੇ ਤੋਂ ਬਾਹਰ ਨਿਕਲਦੇ ਹੋયા ਆ ਫਸਲਾਂ ਦੇ ਵਿੱਚ ਨਾਲ ਟਿਊਬਲ ਹੈ ਔਰ ਉਹਨਾਂ ਨੇ ਇਹ ਸਾਰਾ ਫਾਰਮ ਹਾਊਸ ਹੈ ਇਹ ਜੀ ਇੱਥੇ ਜ਼ਿਲ੍ਹਾ ਦਿਪਾਲਪੁਰ ਦੇ ਇੱਕ ਮਾਸ਼ਾਅੱਲਾ ਇੱਕ ਬੜੇ ਅੱਛੇ ਔਰ ਨਾਮੀ ਨੇਟ ਜ਼ਿੰਮੇਦਾਰਾਂ ਵਿੱਚ ਇਹਨਾਂ ਦਾ شمار ਹੁੰਦਾ ਜੀ ਔਰ ਇਹ ਓਟਵਾ ਦਾ ਜਨਾਬ ਬੜੀ ਫਾਰਮ ਹੈ ਉੱਥੇ ਜਨਾਬ ਅਸੀਂ ਖੜੇ ਹੈ ਇਹ ਇਹਨਾਂ ਕੋ ਮਾਸ਼ਾਅੱਲਾ ਢੰਗਰ ਵੀ ਚੰਗੇ ਨੇ ਔਰ ਮਾਸ਼ਾਅੱਲਾ ਫਾਰਮ ਹਾਊਸ ਵੀ ਬੜਾ ਖੂਬਸੂਰਤ ਹੈ ਇਹ 50 ਮਕਾ ਮੀਟਰ ਦਾ ਪਲਾਂਟ ਹੈ ਔਰ ਉਹਦਾ ਇਹ ਆਊਟਪੁੱਟ ਤੁਹਾਨੂੰ ਦਿਖਾ ਰਹੇ ਹਾਂ ਦਿਖਾਉਣ ਦਾ ਮਕਸਦ ਹੈ ਕਿ ਜਿਹੜੇ ਦੋਸਤ ਲਗਵਾਣਾ ਚਾਹੁੰਦੇ ਨੇ ਸਕਰੀਨ ਦੇ ਉੱਪਰ ਨੰਬਰ ਹੋਰ ਡਿਸਕ੍ਰਿਪਸ਼ਨ 'ਚ ਨੰਬਰ ਲੱਗੇ ਹੁੰਦੇ ਨੇ ਦੂਸਰਾਂ ਨਾਲ ਰਾਬਤਾ ਕਰਨਾ ਚਾਹਣ ਆਪਣਾ ਦੇਸ਼ ਪੰਜਾਬ ਟੀਵੀ ਤੇ ਵੀ ਕਰ ਸਕਦੇ ਨੇ ਰਾਬਤਾ ਕਰਨਾ ਚਾਹਣ ਤੇ ਜਨਾਬ ਪੰਜਾਬ ਗੈਸ ਤੇ ਡਾਇਰੈਕਟਰ ਤਯੇਬ ਆਈਨਾਂ ਵੀ ਕਰਨਾ ਚਾਹਣ ਤੇ ਕੋਈ ਮਸਲਾ ਨਹੀਂ ਕੋਈ ਇਸ਼ੂ ਨਹੀਂ ਔਰ ਪੂਰੇ ਪਾਕਿਸਤਾਨ ਵਿੱਚ ਸਰਵਿਸ ਮੁਹయ్యా ਕਰੀ ਦੀ ਹੈ ਇਹ ਨਹੀਂ ਕਿ ਇੱਥੇ ਸਿਰਫ ਆਪਣੇ ਇਲਾਕੇ 'ਚ ਜਿੱਥੇ ਵੀ ਕੋਈ ਦੋਸਤ ਕਹੇਗਾ ਜਿੱਥੇ ਵੀ ਦੋਸਤ ਕਹਿਣਗੇ ਅਲਹਮਦੁਲਿਲਾ ਅਸੀਂ ਉੱਥੇ ਇਸ ਤੋਂ ਪਹਿਲੇ ਜਨਾਬ ਅਸੀਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਅਲਹਮਦੁਲਿਲਾ ਅੱਲਾ ਦੇ ਫਜ਼ਲੁਕਰਮ ਨਾਲ ਇਨਸ਼ਾਅੱਲਾ ਲਾੜ ਕਰਨ ਵਾਲਾ ਜਿਹੜਾ ਪਲਾਂਟ ਹੈ ਜਾਂ ਅੱਗੇ ਪਿੱਛੇ ਜਿਹੜਾ ਪਲਾਂਟ ਹੈ ਉਹ ਇਨਸ਼ਾਅੱਲਾ ਅਸੀਂ ਤੁਹਾਨੂੰ ਜਿਹੜਾ ਹੈ ਉਹ ਆਪਣਾ ਉੱਥੇ ਵੀ ਸਟਾਰਟ ਹੋਇਆ ਇਨਸ਼ਾਅੱਲਾ ਉਹਦਾ ਵਿਜ਼ਿਟ ਵੀ ਰਿਵਿਊ ਵੀ ਕਰਵਾਵਾਂਗੇ ਤਾਂ ਇਹ ਸਾਹਿਬ ਨਾਲ ਗੱਲ ਕਰਨੇ ਆ ਜੀ ਅਸਲਾਮ ਅਲੈਕਮ ਸਰ ਵਾਲੇਕਮ ਸਲਾਮ ਇਹ ਬਾਈ ਕੀ ਹਾਲ ਚਾਲ ਸ਼ੁਕਰ ਅੱਲਾ ਦਾ ਸਰਕਾਰ ਕਿਵੇਂ ਲੱਗਿਆ ਬਹੁਤ ਅੱਛਾ ਵਧੀਆ ਜੀ ਬਹੁਤ ਅੱਛਾ ਵਧੀਆ ਹਾਂਜੀ ਅੱਛਾ ਇਹ ਪਲਾਂਟ ਹੋਣ 50 ਮਕਾਮ ਮੀਟਰ ਦਾ ਜੀ ਔਰ ਇਹਦੇ ਤੇ ਐਸਟਮ ਕਿੰਨੀ ਲੱਗਤ ਆਈ 5 ਲੱਖ 5 ਲੱਖ ਜੀ ਕਿੰਨੀ ਐਲਪੀਜੀ ਜਿਹੜੀ ਗੈਸ ਹੈ ਉਹ ਕਿੰਨੀ ਪ੍ਰੋਵਾਈਡ ਕਰਦੇ ਇਹ 8 ਤੋਂ 10 ਕਿਲੋ ਐਲਪੀਜੀ ਦੇ ਬਰਾਬਰ ਰੋਜ਼ਾਨਾ ਤੁਹਾਨੂੰ ਕਿਹਾ ਡੇਲੀ ਗੈਸ ਹਾਂਜੀ 24 ਘੰਟੇ ਨਹੀਂ 24 ਘੰਟੇ ਵਿੱਚ 24 ਘੰਟੇ ਤਕਰੀਬਨ 8 ਤੋਂ 10 ਕਿਲੋ ਐਲਪੀਜੀ ਦੇ ਬਰਾਬਰ ਗੈਸ ਦੇ ਸਕਦਾ ਐਲਪੀਜੀ ਇਹ ਤਾਂ 5 ਲੱਖ ਰੁਪਇਆ ਇਹਦਾ ਹਾਂਜੀ ਕਿੰਨੇ ਲੋਕਾਂ ਦਾ ਖਾਣਾ ਬਣ ਸਕਦਾ ਹੈ ਇਹਦੇ ਤੇ ਅਗਰ ਡੇਰਾਦਾਰੀ ਹੋਵੇ ਜਾਂ ਹਟ ਹਟ ਇਹ ਤਕਰੀਬਨ 40 40 45 ਬੰਦਾਂ ਦਾ 3 ਟਾਈਮ ਦਾ ਖਾਣਾ इजीली ਬਣਾ ਸਕਦਾ ਵਾ ਹਾਂਜੀ ਇਹ ਤੁਸੀਂ ਦੇਖ ਲਓ ਨਾ ਇੱਕ ਸਿਲੰਡਰ ਪੂਰਾ ਵੱਡੇ ਲਈ ਬੇਸ ਤੋਂ ਇੱਕ ਸਿਲੰਡਰ ਤਕਰੀਬਨ ਜੜਾ چھوٹਾ ਐਲ ਪੀਜੀ ਹਲ ਅੰਦਰ ਜਾਨਾ ਤੋਂ ਇੱਕ ਮਿਲ ਜਾਂਦਾ ਵਾ ਘਰ ਵਾਲੇ ਕੋਲੇ ਘਰ ਵਾਲੇ ਕੋਲੇ ਵੀ 25 ਜਨਵਾਰ ਹੋਵਣ ਉਹ ਵੀ ਮਿਲ ਜਾਂਦਾ ਹੱਟ ਕੇ ਉਹ ਉੱਥੇ ਵੈਸੇ ਉਹ ਆਪਣੀਆਂ ਉਪਲੇ ਥਾਪੀਆਂ ਵਗੈਰਾ ਬਣਾ ਰਹੇ ਹੁੰਦੇ ਨੇ ਕੋਈ ਕੁਝ ਕਰ ਰਹੇ ਹੁੰਦੇ ਨੇ ਜ਼ਿਮੀਦਾਰ ਇੱਥੇ ਗੋਬਰ ਵੀ ਦੁਬਾਰਾ ਮਿਲ ਜਾਂਦਾ ਵਾ ਨਾਲ ਉਹਨਾਂ ਦਾ ਫਾਰਮ ਆ ਨਾਲ ਉਹਨਾਂ ਦਾ ਟਿਊਬਲ ਲੱਗਿਆ ਇੱਥੇ ਆ ਸਾਰਾ ਨਿਜ਼ਾਮ ਉਹਨਾਂ ਦਾ ਗੋਬਰ ਵੀ ਜਿਆਦਾ ਫਸਲਾਂ ਨੂੰ ਚਲਾ ਜਾਏਗਾ ਇਹ ਪਲਾਂਟ ਪਰ ਡੇ ਤੁਹਾਨੂੰ ਇੱਕ ਤਕਰੀਬਨ 214 ਕਿਜੀ ਪੋਟਾਸ਼ 200 ਰੌਂਡ ਬਾਉਂਡ ਨਾਈਟ੍ਰੋਜਨ ਤੇ ਤਕਰੀਬਨ 150 ਕਿਲੀ ਫਾਸਫੋਰਸ ਪਰ ਮੰਥ ਫਰਮ ਕਰ ਸਕਦਾ ਵਾ ਇਹ ਸਾਡੀ ਨਹੀਂ ਯੂਬ ਐਗਰੀਕਲਚਰ ਰੀ ਯੂਨੀਵਰਸਿਟੀ ਰਿਸਰਚ ਇਹ 2013 14 ਦੇ ਵਿੱਚ ਨਾ ਅਸੀਂ ਮੈਂ ਕਰਦਾ ਰਹੇ ਬਾਇਓਗੈਸ ਦਾ ਕੰਮ ਆਰਐਸਪੀ ਨਾਲ ਰੁਰਲ ਸਪੋਰਟ ਪ੍ਰੋਗਰਾਮ ਨੈਟਵਰਕ ਨਾਲ ਉਹਨਾਂ ਨੇ ਇੱਕ ਦਾਰਾ ਬਣਾਇਆ ਸੀ ਪੀਡੀਬੀਪੀ ਇਹ ਉਹਨਾਂ ਨੇ ਉਸ ਵਕਤ ਰਿਸਰਚ ਕਰਾਈ ਸੀ ਬਾਇਓਗੈਸ ਤੇ ਯੂਨੀਵਰਸਿਟੀ ਤੋਂ ਯੂਬ ਯਾਨੀ ਐਗਰੀਕਲਚਰ ਤੋਂ ਇਹ ਬਹੁਤ ਅੱਛਾ ਰਿਜ਼ਲਟ ਆਂਦਾ ਵਾ ਸਲਰੀ ਦਾ ਵੇਗੇ ਜ਼ਿੰਮੇਦਾਰ ਭਾਈ ਨੇ ਜਿਹੜੇ ਮੈਂ ਅਕਸਰ ਕਹਿੰਦੇ ਨੇ ਉਹਨਾਂ ਨੂੰ ਮੈਂ ਕਹਿੰਨਾ ਕਿ ਇਸ ਗੈਸ ਨਾਲ ਉਹਨਾਂ ਨੂੰ ਜਿਹੜੀ ਐ ਸਲਰੀ ਨਿਕਲ ਰਹੀ ਆ ਇਹ ਉਦੀ ਜ਼ਿਆਦਾ ਉਦੀ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਾਫੀ ਅੱਛਾ ਫੀਡਬੈਕ ਆ ਰਿਹਾ ਚੈਨਲ ਤੋਂ ਹਾਂਜੀ ਮਾਸ਼ਾਅੱਲਾ ਬਹੁਤ ਅੱਛਾ ਮਤਲਬ ਪੰਜਾਬੀ ਗੈਸ ਚੈਨਲ ਚਲਾਉਂਦੇ ਪਏ ਜੀ ਫੀਡਬੈਕ ਅੱਛਾ ਦੋਸਤ ਜੀ ਅਸੀਂ 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 ਬੜਾ ਦੂਰ ਰਹਿੰਨੇ ਆ ਅਸਲ ਵਜh ਕਈ ਦੋਸਤ ਵੀ ਕਰਦੇ ਨੇ ਗਿਲਾ ਤੇ ਇਹ ਭਾਈ ਸਾਲ-ਸਾਲ ਚੁੱਛੀ-ਚਿਨੇ ਮਿਲਦੇ ਨਹੀਂ ਜੋ ਤੇ ਉਹ ਗਿਲਾ ਰਹਿੰਦਾ ਵਾ ਲੇਕਿਨ ਕੰਮ-ਕਾਰ ਦੇ ਵਿੱਚ ਫਿਰਦੇ ਰਹਿੰਦਾ ਵਾ ਕੀ ਕਰੀਏ ਕਦੇ ਤੁਸੀਂ ਸਾਨੂੰ ਅੱਥੀ ਨਹੀਂ ਆਉਂਦੇ ਕਦੇ ਅਸੀਂ ਨਹੀਂ ਆਤੀ ਹੁੰਦੇ ਅੱਗੇ ਵੀ ਅਜਿਹਾ ਕੰਮ ਅਸੀਂ ਆਲਰੇਡੀ ਨਾਲ ਨਾਲ ਕਰ ਰਹੇ ਹੁਣ ਵੀ ਮੇਡ ਲਾੜਕਾਨਾ ਦੇ ਨਾਲ ਇੱਕ ਪਲਾਨਟ ਬਣਾ ਰਹੇ ਕ੍ਰੈਮੀਰ ਖਾਨ ਕਰ ਰਹੇ ਹਨ ਬਰਕੱਲਾ ਖੈਰ ਕਰੇ ਅੱਗੇ ਵੀ ਇਨਸ਼ਾਅੱਲਾ ਨਾਲ ਨਾਲ ਇੱਥੇ ਪਾਕਪਤਨ ਵੀ ਤੇ ਲੇਕਿਨ ਇਹ ਵੀ ਸਰਵਿਸ ਦੇ ਰਹੇ ਹੋ ਹਾਂਜੀ ਇਨਸ਼ਾਅੱਲਾ ਜੀ ਮਨੀ ਬੈਕ ਗਾਰੰਟੀ ਹਾਂਜੀ ਬਿਲਕੁਲ ਇਸ ਤਰ੍ਹਾਂ ਇਹ ਮਨੀ ਬੈਕ ਗਾਰੰਟੀ ਲਾਈਫਟਾਈਮ ਹੈ ਇਹ ਲਾਈਫਟਾਈਮ ਵਾਰੰਟੀ ਮਨੀ ਬੈਕ ਦੀ ਮਨੀ ਬੈਕ ਹੀ ਹੁੰਦੀ ਹੈ ਨਾ ਜਦੋਂ ਹਾਂ 35 ਤੋਂ 40 ਸਾਲ ਇਸ ਦੀ ਲਾਈਫ ਆ ਅੱਛੀ ਇੱਕ ਕੰਸਟਰਕਸ਼ਨ ਬਿਲਡਿੰਗ ਆ ਇਹਦੇ ਜੋ ਆਖੀਏ ਵੀ ਕੋਈ ਐਸੀ ਕੋਈ ਚੀਜ਼ ਅਸੀਂ ਜਾ ਕੇ ਲਾਣੀ ਹੁੰਦੀ ਨਹੀਂ ਮੁਕੰਮਲ ਉੱਥੇ ਮਕ ਬਾਰੋਂ ਕੋਈ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਆ ਜੀ ਅਸੀਂ ਉੱਥੋਂ ਕੁਛ ਲੈ ਕੇ ਆਣੇ ਨੇ ਹਰ ਚੀਜ਼ ਹਰ ਚੀਜ਼ ਆਸਾਨੀ ਆਸਾਨੀ ਅਵੇਲੇਬਲ ਹੋ ਜਾਂਦੀ ਹੈ ਹਾਂ ਜੀ ਹਰ ਚੀਜ਼ ਆਸਾਨੀ ਹੁੰਦੀ ਹੈ ਜਿਹੜੇ ਨਹੀਂ ਮਿਲ ਸਕਦੀਆਂ ਲੇਕਿਨ ਇਹਦੇ ਹਰ ਚੀਜ਼ ਅਵੇਲੇਬਲ ਹੈ ਹਰ ਚੀਜ਼ ਮਿਲਦੀ ਹੈ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਦੋਸਤਾਂ ਨਾਲ ਜ਼ਰੂਰ ਸ਼ੇਅਰ ਕੀਤਾ ਕਰੋ ਸਾਰੇ ਦੋਸਤ ਬਰਾਜ ਨੇ ਵੀ ਜ਼ਿੰਮੇਦਾਰ ਨੇ ਅੱਗੇ ਪਿੱਛੇ ਜਿਹੜੇ ਵੀ ਦੋਸਤ ਫੈਕਟਰੀ ਏਰੀਆ ਅੱਗੇ ਪਿੱਛੇ ਜਿਨ੍ਹਾਂ ਨੂੰ ਲੋਡ ਹੈ ਗੈਸ ਦੀ ਔਰ ਬਾਹਰ ਦੇ ਰੇਤ ਬੈਠੇ ਨੇ ਉਹਨਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਦੋਸਤੋ ਨਾ ਵੀਡੀਓ ਜ਼ਰੂਰ ਸ਼ੇਅਰ ਕਰਾਇਆ ਕਰੋ ਸ਼ੇਅਰ ਕਰਨਾ ਸਾਨੂੰ ਜੀਵਨ ਮਿਲਦਾ ਹੈ ਜੀਵਨ ਮਿਲੇਗਾ ਤਾਂ ਅਸੀਂ ਤੁਹਾਡੇ ਵੀਡੀਓ ਬਣਾਵਾਂਗੇ ਔਰ ਪਾਕਿਸਤਾਨ ਨੂੰ ਸਾਫ਼ ਐਂਡ ਸ਼ਫਾਫ ਕਰਨ ਦੇ ਵਿੱਚ ਜਿੰਨਾ ਕਿ ਸਾਡੇ ਕੋਲ ਇੱਕ ਕਤਰਾ ਇੱਕ ਜ਼ਰਰੇ ਬਰਾਬਰ ਵੀ ਅਗਰ ਕੋਈ ਖਿਦਮਤ ਹੋ ਸਕਦੀ ਹੈ ਇਨਸ਼ਾਅੱਲਾ ਉਹ ਕਰਾਂਗੇ ਪਾਕਿਸਤਾਨ ਜ਼ਿੰਦਾਬਾਦ ਪਾਕ army ਅਮੇਸ਼ਾ ਜ਼ਿੰਦਾਬਾਦ